ਲੜਕੀ ਨੂੰ ਅਗਵਾ ਕਰਨ ਆਏ 6 ਕਾਰ ਸਵਾਰਾਂ ਨੇ ਲੜਕੀ ਨੂੰ ਛੁਡਵਾਉਣ ਆਏ। ਅੱਗੇ ਵਧੇ ਆਮ ਆਦਮੀ ਪਾਰਟੀ ਦੇ ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਚੇਤਨ ਸਿੰਘ ਨੂੰ ਗੋਲੀਆਂ ਮਾਰ ਦਿੱਤੀਆਂ। ਗੋਲੀਆਂ ਨਾਲ ਜ਼ਖਮੀ ਚੇਤਨ ਸਿੰਘ ਨੂੰ ਸਥਾਨਕ ਲੋਕਾਂ ਨੇ ਸਰਕਾਰੀ ਹਸਪਤਾਲ ਪੱਟੀ ਵਿੱਚ ਦਾਖਲ ਕਰਵਾਇਆ। ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਤੋਂ ਨਾਜ਼ੁਕ ਹੋਣ ਦੇ ਚਲਦਿਆਂ ਤਰਨ ਤਾਰਨ ਰੈਫਰ ਕੀਤਾ ਹੈ। ਇਸ ਮੌਕੇ 'ਤੇ ਹਰੀਕੇ ਦੀ ਰਹਿਣ ਵਾਲੀ ਲੜਕੀ ਦਾ ਕਹਿਣਾ ਹੈ ਕਿ ਉਹ ਇੱਕ ਫੈਕਟਰੀ ਵਿੱਚ ਕੰਮ ਕਰਦੀ ਹੈ। ਬੀਤੇ ਦਿਨ ਆਪਣੇ ਪਿੰਡ ਹਰੀਕੇ ਆਈ ਹੋਈ ਸੀ। ਜਦੋਂ ਅੱਜ ਹਰੀਕੇ ਜਾਣ ਲਈ ਕੁੱਲਾ ਚੌਂਕ ਪਹੁੰਚੀ ਤਾਂ ਵਰਨਾ ਕਾਰ ਦੇ ਵਿੱਚ 6 ਨੌਜਵਾਨਾਂ ਨੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਨੇੜੇ ਖੜ੍ਹੇ ਵਿਅਕਤੀ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਨੇ ਆਪਣੇ ਪਿਸਟਲ ਦੀਆਂ ਗੋਲੀਆਂ ਚਲਾ ਦਿੱਤੀਆਂ ਅਤੇ ਮੌਕੇ 'ਤੇ ਫਰਾਰ ਹੋ ਗਏ। ਇਸ ਮੌਕੇ 'ਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚੇਤਨ ਸਿੰਘ ਜ਼ਖਮੀ ਹੋ ਗਏ। ਥਾਣਾ ਮੁਖੀ ਬਲਕਾਰ ਸਿੰਘ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ। ਮੈਂ ਕੁੱਲਾ ਚੌਂਕ ਵਿੱਚ ਖੜ੍ਹੀ ਸੀਗੀ, ਮੀਨਜ਼ ਕਿ ਆਧਾਰ ਕਾਰਡ ਠੀਕ ਕਰਵਾਉਣ ਪੱਟੀ ਆਈ ਸੀ ਕੁੱਲਾ ਚੌਂਕ ਖੜ੍ਹੀ ਸੀਗੀ, ਅਤੇ ਕੁਝ ਗੱਡੀ 'ਤੇ ਮੁੰਡੇ ਆਏ ਤਾਂ ਮੈਨੂੰ ਨਾ ਮੀਨਜ਼ ਕਿ ਜ਼ਬਰਦਸਤੀ ਗੱਡੀ 'ਚ ਬਿਠਾਉਣ ਲੱਗੇ ਸੀਗੇ, ਅਤੇ ਅੰਕਲ ਨੇ ਦੇਖ ਲਿਆ ਅਤੇ ਅੰਕਲ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਅਤੇ ਉਹਨਾਂ ਨੇ ਮੀਨਜ਼ ਕਿ ਉਹਨਾਂ ਮੈਨੂੰ ਖਿੱਚ ਕੇ ਜਦੋਂ ਗੱਡੀ 'ਚੋਂ ਬਾਹਰ ਨਿਕਾਲਿਆ ਨਾ, ਉਹਨਾਂ ਗੱਡੀ 'ਚੋਂ ਬਾਹਰ ਕੱਢ ਲਿਆ ਮੈਨੂੰ, ਅਤੇ ਬਾਅਦ ਉਹਦੇ 'ਚ ਉਹਨਾਂ ਮੁੰਡਿਆਂ ਨੇ ਗੋਲੀ ਚਲਾ ਦਿੱਤੀ, ਅੰਕਲ ਨੂੰ ਗੋਲੀ ਲਾ ਦਿੱਤੀ। ਕਿਹੜੇ ਮੁੰਡੇ ਕਿਹੜੇ ਗਏ ਸੀ? ਮੁੰਡੇ ਹਰੀਕੇ ਦੇ ਸੀਗੇ, ਜਿਹਨੇ ਗੋਲੀ ਚਲਾਈ ਉਹਦਾ ਨਾਮ ਜੱਗਾ ਸੀਗਾ, ਉਹਨੇ ਬਲੈਕ ਕਲਰ ਦੀ ਟੀ ਸ਼ਰਟ ਪਾਈ ਹੋਈ ਸੀਗੀ, ਹਰੀਕੇ ਦਾ ਰਹਿਣ ਵਾਲਾ। ਬਾਬਾ ਦਾ ਨਾਂ ਕੀ ਸੀ? ਗੁਰਚਰਨ ਸਿੰਘ। ਕਿੰਨੇ ਜਾਣੇ ਗਏ ਸੀ ਗੱਡੀ ਵਿੱਚ? 6 ਜਾਣੇ ਸੀਗੇ, 4 ਜਾਣੇ ਪਿੱਛੇ ਬੈਠੇ ਸੀ, 2 ਜਾਣੇ ਇੱਕ ਇਹਨਾਂ ਗੱਡੀ ਚਲਾਉਣ ਵਾਲਾ, 6 ਜਾਣੇ ਸੀਗੇ ਪੂਰੇ ਗੱਡੀ ਵਿੱਚ। ਕੀ ਨਾਂ ਸੀ ਉਹਨਾਂ ਦਾ? ਮੈਨੂੰ ਸ਼ਿਆਂ ਦੇ ਨਾਮ ਦਾ ਤਾਂ ਪਤਾ ਨਹੀਂ ਹੈਗਾ, ਬਟ ਕੁਛ ਦੇ ਨਾਮ ਦਾ ਪਤਾ। ਮਤਲਬ ਗੱਡੀ 'ਚ ਤੁਹਾਨੂੰ ਕਿਉਂ ਬਿਠਾਉਣਗੇ? ਖਿੱਚ ਕੇ ਉਹਨਾਂ ਨਾਲ ਮੇਰੀ ਲੜਾਈ ਹੋਈ ਸੀਗੀ, ਇਸ ਕਰਕੇ ਉਹਨਾਂ ਮੈਨੂੰ ਗਾਲੀ ਗਲੋਚ ਕੀਤਾ ਸੀਗਾ, ਅਤੇ ਮੈਂ ਵੀ ਇਹਨਾਂ ਨੂੰ ਫੋਨ 'ਤੇ ਉੱਦਾਂ ਹੀ ਕੀਤਾ ਸੀਗਾ, ਅਤੇ ਇਸ ਕਰਕੇ ਉਹ ਮੈਨੂੰ ਫੜਨ ਆਏ ਸੀਗੇ। ਇਹ ਇੱਕ ਲੜਕੀ ਸੀ ਹਰੀਕੇ ਦੀ ਆ, ਅਤੇ ਉਹ ਲੜਕੇ ਵੀ ਜਿਹੜੇ ਗੱਡੀ 'ਤੇ ਆਏ ਸੀ ਉਹ ਵੀ ਹਰੀਕੇ ਦੇ ਆ, ਅਤੇ ਉਹਨਾਂ ਨਾਲ ਕੋਈ ਲੜਕੀ ਨਾ ਉਹਨਾਂ ਲੜਕਿਆਂ ਦੀ ਜਿਹੜੀ ਕੋਈ ਗੱਲਬਾਤ ਤਕਰਾਰ ਹੋਈ, ਇਹ ਬੰਦਾ ਲੱਗੇ ਚੇਤਨ ਸਿੰਘ ਜੀ, ਇਹ ਵਿੱਚੋਂ ਉਹਨਾਂ ਨੂੰ ਵਿੱਚ ਪਿਆ ਵੀ ਇਹ ਕਿਉਂ ਕਰ ਰਹੇ, ਗਲਤ ਬੋਲ ਰਹੇ, ਛਡਾ ਰਹੇ, ਕੀ ਉਹਨੂੰ ਥੋੜ੍ਹੀ ਜਿਹਾ ਡਾਊਟ ਹੋਇਆ। ਉਹਨਾਂ ਵਿੱਚ ਜਿਹੜੇ ਬੰਦੇ ਆਏ ਪੰਜ, ਉਹਨਾਂ ਦੇ ਵਿੱਚੋਂ ਇੱਕ ਨੇ ਕਿਤੇ ਫਾਇਰ ਕਰਤਾ, ਇਹਦੇ ਲੱਗ ਗਿਆ ਵਾ ਚੇਤਨ ਸਿੰਘ ਜੀ। ਬਾਕੀ ਐਸ ਐਚ ਓ ਮੌਕੇ 'ਤੇ ਪਹੁੰਚ ਗਿਆ, ਅਤੇ ਉਹ ਜਾ ਕੇ ਪੂਰੀ ਵੈਰੀਫਾਈ ਕਰਕੇ ਫਿਰ ਜੋ ਵੀ ਬਣਦੀ ਕਾਰਵਾਈ ਆ ਉਹ ਕਰਕੇ। ਸਰ ਕੋਈ ਪਤਾ ਲੱਗਿਆ ਕਿੰਨੇ ਬੰਦੇ ਸੀ ਜਿਨ੍ਹਾਂ ਨੇ ਕੀਤਾ? ਉਹ ਗੱਡੀ 'ਤੇ ਆਏ, ਹੁਣ ਐਸ ਐਚ ਓ ਪੂਰੀ ਦੱਸਦਾ ਵਾ, 4-5 ਹੈਗੇ ਸੀ, ਪੂਰੀ ਕਲੀਅਰ ਜਾ ਕੇ ਹੁਣ ਐਸ ਐਚ ਓ ਮੌਕੇ 'ਤੇ ਜਾਏਗਾ, ਸਾਰੀ ਵੈਰੀਫਾਈ ਕਰੇਗਾ ਕਿੰਨੇ ਆ, ਕੌਣ ਕੌਣ ਨੇ, ਅਤੇ ਕੇਸ ਰਜਿਸਟਰ ਕਰਕੇ ਸਾਰੇ ਫੜ ਕੇ ਅੰਦਰ ਦਾਂਗੇ।